ਇਹਨਾਂ ਪੱਤਰਕਾਰ ਸਾਹਿਬ ਉਹਨਾਂ ਨੇ ਖਬਰ ਵੀ ਲਾਉਣੀ ਹੈ। ਖਾਣਾ ਥੋੜਾ ਖੁੱਪ ਕਰ ਲਓ, ਆਓ ਜੀ ਆਓ। ਬਹੁਤ ਬਹੁਤ ਧੰਨਵਾਦ ਹੈ, ਵਧ ਗਿਆ। ਦੇਖੋ ਜੀ ਕਿੰਨੀ ਵਧੀਆ ਪੋਇਟਰੀ ਕਮੈਂਟਰੀ ਕਰ ਰਹੇ ਨੇ ਵੀਰ ਜੀ, ਔਰ ਪਹਿਲਵਾਨ ਆਪਣਾ ਪੂਰਾ ਜ਼ੋਰ ਦਿਖਾਉਂਦੇ ਹੋਏ, ਔਰ ਲੱਗਦਾ ਵੀ ਪੰਜ ਮਿੰਟ ਦੇ ਵਿੱਚ ਵਿੱਚ ਆਰ ਜਾ ਪਾਰ ਕੁਸ਼ਤੀ ਹੋਣ ਜਾ ਰਹੀ ਹੈ। ਪੰਜ ਮਿੰਟ ਦੇ ਵਿੱਚ ਵਿੱਚ ਜਿੱਤ ਹਾਰ ਜਿੱਤ ਹਾਰ ਦੇ ਫੈਸਲੇ ਹੋਣ ਲੱਗੇ। ਗੁਰੂਆਂ ਪੀਰਾਂ ਫਕੀਰਾਂ ਯੋਧਿਆਂ ਦੀ ਧਰਤੀ ਹੈ। ਰਾਜਗੁਰੂ ਸੁਖਦੇਵ ਸਰਾਭੇ ਊਧਮ ਦਾ ਕੀ ਕਹਿਣਾ, ਭਗਤ ਸਿੰਘ ਨੇ ਕੌਮ ਦੀ ਖਾਤਰ ਸਦਾ ਤੇਈ ਦੇ ਰਹਿਣਾ। ਲੋਕੀ ਨਾਮ ਸੀਤਾ ਦਾ ਸੁੱਚੇ ਮੂੰਹ ਨਾਲ ਲੈਂਦੇ ਆ, ਮਰ ਜਾਂਦੇ ਜੋ ਕੌਮ ਲਈ ਉਹ ਸਦਾ ਜਿਉਂਦੇ ਰਹਿੰਦੇ ਆ, ਉਹ ਅਮਰ ਹੋ ਜਾਂਦੇ ਆ। ਜਿਹੜੇ ਰਾਜਗੁਰੂ ਊਧਮ ਸਿੰਘ ਭਗਤ ਸਿੰਘ ਉਹਨਾਂ ਨੂੰ ਪਿਆਰ ਕਰਦੇ ਨੇ, ਬਾਈ ਇੱਕ ਵਾਰੀ ਤਾੜੀ ਮਾਰ ਦੋ ਭਗਤ ਸਿੰਘ ਨੂੰ। ਮੇਰੇ ਵੀਰੋ ਸਾਰਾ ਪਰਿਵਾਰ ਮਾਰ ਦਿੱਤਾ ਹੈ, ਜਿਹਨਾਂ ਨੇ ਆਪਾਂ ਨੂੰ ਜ਼ਿੰਦਗੀ ਦਿੱਤੀ ਹੈ, ਆਪਾਂ ਨੂੰ ਦਿੱਤੀ ਆ, ਇਹ ਸ਼ਾਂਤੀ ਵਾਲਾ ਮਾਹੌਲ ਦਿੱਤਾ ਹੈ ਉਹਨਾਂ ਨੇ। ਦੇਖਣ ਨੂੰ ਬੜਾ ਛੋਟਾ ਲੱਗਦਾ ਹੈ, ਉਹ ਇੱਥੇ ਬੈਂਕਾਂ ਨੇ, ਇੱਥੇ ਸਕੂਲ ਹਾਈ ਵੀ ਨੇ, ਸੈਕੰਡਰੀ ਵੀ ਨੇ, ਪ੍ਰਾਇਮਰੀ ਵੀ ਨੇ, ਡਿਸਪੈਂਸਰੀ ਵੀ ਨੇ, ਇੱਥੇ ਸਰਕਾਰੀ ਹਸਪੀਟਲ ਵੀ ਨੇ। ਬਾਟਰ ਜੀ ਹੁਣ ਅਮਰੀਕ ਸਿੰਘ ਜੀ ਜਿਨ੍ਹਾਂ ਨੇ ਆਪਣੇ ਦੋਧੇ ਦੇ ਨਾਂ ਤੇ ਨਾ ਗਵਿੰਦ ਸਿੰਘ ਉਹਨਾਂ ਦੇ ਨਾਂ ਤੇ ਪਹਿਲਾਂ 2100 ਰੁਪਇਆ ਬੋਲਿਆ ਸੀ ਤੇ ਹੁਣ 3100 ਰੁਪਇਆ ਆਵੇਗਾ ਕਿਸਾ। ਵੈਰੀ ਗੁੱਡ ਜੀ, 3100 ਰੁਪਇਆ ਸਰਪੰਚ ਅਮਰੀਕ ਸਿੰਘ ਜੀ, ਸਾਬਕਾ ਸਰਪੰਚ ਸਰਦਾਰ ਅਮਰੀਕ ਸਿੰਘ ਜੀ, ਉਹਨਾਂ ਨੂੰ 3100 ਰੁਪਇਆ ਜੀ। ਅਗਲੇ ਸਾਲ ਦੀ ਬੁਕਿੰਗ 2000 ਦੀ ਬਲੇ ਸੋ ਰਿਹਾ ਸਾਰੀਆਂ ਨਜ਼ਰਾਂ ਜਿੰਨੀਆਂ ਵੀ ਇੱਥੇ ਦਰਸ਼ਕ ਨੇ ਦੋ ਨਾਲ ਕਰ ਲਓ, ਸਾਰੀਆਂ ਨਜ਼ਰਾਂ ਤੁਹਾਡੇ ਤੇ ਮਿੱਤਰੋ। ਜਿੱਤ ਹਾਰ ਕਿਹਨੇ ਜਿੱਤਣਾ ਹੈ? ਜਿੱਤ ਹਾਰ ਤਾਂ ਹੁੰਦੀ ਹੈ, ਜਿੱਤ ਹਾਰ ਆਪਾਂ ਲੋਕਾਂ ਨੂੰ ਵੀ ਪਤਾ ਜੀ। ਲੋਕ
रब का रूप होंगे लोग बैठे है जे लोग कहते हैं हर बंदे चटके जाना एक बार ताड़ी मार के दसो लो जी बराबर जित हार रणजीत सिंह वालों कहने झोटी इस बारे भी है 2030 भी झोटी दिखी जा रही है उन्होंने भी ताड़ी मार दो मेरे मित्रों खुल के मार दो जी ताड़ी सरदार सोन सिंह ढाबे वाले उन्होंने भी कहने वड्डा सहयोग है धन्यवाद करते हैं उसे सरपंच साहब सिमर चंद जी और नगर ₹11,000 इस बार उन्होंने अपने सिंह मिले कुश्ती बड़ी प्यारी झूठी से कुश्ती हो रही है मेरे मित्रों की चित्र है ₹100 लिखानी हिस्सा पाया आज भी शुरू दरबार खुला है अगले साल दो जो वीर सिंह वास्ते देखो जी पहलवान की प्रार्थना देखो जी ओके हाँ जी बिट्टू सरपंच ने बेनती है जी ₹100 ले लिया।